वाहेगुरु जी का खालसा वाहेगुरु जी की फतेह। मेरे नाल एक वीर बैठा है, मैं सच दसा तो असी 2 घंटे तो बैठे गल्ला बातें कर रहे हैं, मैं नाम ही नहीं पूछा अजे तक। सारी जिंदगी ये वीर विदेशों के विच काम करता मर गया, तो हालात इदा के बन गए शरीरक पक्षों भी, ये वीर जड़ा है इन्ना क पैसा लग्या भी अज जी जिंदगी है मैं कहांगा वो भी उधारी चक्की फिरदा, समय का कोई पता नहीं, क्योंकि ऑपरेशन ही इदा का होया भी इस ऑपरेशन के समझ नहीं आती भी की खेड़ कदों वापर जे। तो इसे ही गल का दुख उदों लगता जो कोई अपने सके साके संबंधी जड़े ने भैन भरा जड़े ने इन गलों का नजायज फायदा चक्कण। ये वीर भेवे तो आया, तो भेवे तो कई दिन का मेरा संपर्क कर रहा, रशिया के वीर रहा है, तो इन दे जेड़े मिसिज ने वह भी जेड़े ने वो नाल आए हुए ने, तुसी देख रहे हो ये मिसिज ने रशिया तो इन दे। ते ए वीर जो गल साडे को लैके आया भी इन्हें अपनी जमीन जायदाद तक सारी जड़ी सी भरा जी हुंदे सी सारा कुछ काफ़ी कुछ देता जो ये हिस्से का सी वह भी ये डाकूमेंट चक्की फिरदा, लिखतां सारियां इहदे कोल ने भी 5 साल दा गलबात हुई की एग्रीमेंट होए। हुण इहदी पक्की रजिस्ट्री की जगह है जिहड़ियां दुकानां ने जां जिहड़ा घर है जो भी है इहदे कोल सारा कागज पत्तर जेन्युइन डाकूमेंट जिहड़े अपने चक्की फिरदा, पर यह अपने उस घर च नहीं रह पा रहा। क्यों? क्योंकि ये विदेश तो आ, शरीर इहदा ठीक नहीं, हस्पतालां दे विच इहनूं सालां बद्धी लग गए ठीक हुंदे नूं, तो डरदा है लड़ाइयां तो। आओ मैं वीर नाल गलबात करदा कि तुहानूं दसेगा भी कित्थे कित्थे की गलबात है। जे कोई वीर भरा भेवे हरियाणे तो इहदी मदद कर सकदे होण तां वीर दी मदद जरूर करिओ। वीर जी वाहिगुरु जी का खालसा वाहिगुरु जी की फतेह। की नाम है तुहाडा? मेरा नाम सतनाम सिंह है। सतनाम सिंह किन्ने सालां तों तुसीं बाहर रह रहे हो? मैं 99 च गया सी, 1999 च बाहर, मार्च 1999 च। जी मतलब लाइए तो घट्टो घट तुहानूं 33 साल हो गए बाहर हो गए, ते 33 साल च की कुछ कमाया तुसीं? 33 साल जो भी कमाया सारा अपने भरा नूं दिंदा रहा हूं, ਉਹ ਹੁਣ ਘਰ ਦੇ ਮਾਲਕ ਬਣ ਗਏ ਨੇ ਤੇ ਮੈਨੂੰ ਘਰੋਂ ਬਾਹਰ ਕੱਢ ਛੱਡਿਆ। ਤੁਹਾਡੇ ਕੋਲ ਆਪਣਾ ਘਰ ਕੋਈ ਹੈਗਾ? ਆਪਣਾ ਘਰ ਹੈਗਾ, ਮੇਰੀ ਮਾਂ ਨੇ ਪੈਸੇ ਭੇਜੇ ਜਦੋਂ ਮੈਂ ਉਹਨਾਂ ਨੇ ਇੱਕ ਲੈ ਲਿਆ ਸੀ ਜੀ, ਤੇ ਉਹ ਵੀ ਇਹਨਾਂ ਦੇ ਨਾਂ ਸੀ, ਭਰਜਾਈ ਦੇ ਨਾਂ ਕਰਾਤਾ ਸੀ ਭਰਾ ਨੇ ਜੀ, ਤੇ ਉਹ ਹੁਣ ਮਾਲਕ ਇਹ ਬਣ ਗਏ ਸੀ। ਫਿਰ ਮਕਾਨ ਆਪਣੇ ਨਾਂ ਕਰਵਾਇਆ ਤੇ ਉਹ ਵੀ ਕਹਿੰਦੇ ਤੂੰ ਬੇਈਮਾਨੀ ਨਾਲ ਕਰਾ ਲਿਆ, ਫਿਰ ਇਹਨਾਂ ਨੂੰ ਉਹਦੇ 'ਚ ਵੀ ਅੱਧ ਦਿੱਤਾ ਮੈਂ, ਉਹਦੇ 'ਚ ਵੀ ਦਿੱਤਾ। ਹਾਂਜੀ। ਤੇ ਹੁਣ ਆ ਜਿਹੜਾ ਤੁਸੀਂ ਸਾਡੇ ਕੋਲ ਕਾਗਜ਼ ਲੈ ਕੇ ਆਏ ਹੋ, ਕੀ ਹੈ ਇਹ? ਕਾਹਦੀ ਰਜਿਸਟਰੀ ਹੈ ਤੇ ਕੀ ਗੱਲਬਾਤ ਹੈ? ਇਹ ਸਾਡੇ ਉਹ ਜਿਹੜੀ ਜੱਦੀ ਪੁਸ਼ਤੀ ਜਾਇਦਾਦ ਤੇ ਉਹਦੀ ਰਜਿਸਟਰੀ ਹੈ ਜੀ, ਦੁਕਾਨ ਦੀ। ਤੁਹਾਡੇ ਚਾਰੇ ਭਰਾਵਾਂ ਕੋਲ ਹਿੱਸਾ ਬਰਾਬਰ ਬਰਾਬਰ ਸਾਰਿਆਂ ਕੋਲ ਜ਼ਮੀਨ ਜਾਇਦਾਦ? 2 ਭਰਾ ਤੇ ਮਾਂ ਪਿਓ ਦੇ ਹੁੰਦੇ ਸੀ, ਮਾਂ ਪਿਓ ਉਹਨਾਂ ਨੂੰ ਦੇ ਗਏ ਸੀ ਹਿੱਸਾ। ਉਹ ਹੈਗੇ ਉਹ ਸਰੀਰ ਛੱਡ ਕੇ ਬੱਚੇ ਠੀਕ ਨੇ ਉਹਨਾਂ ਦੇ? ਉਹਨਾਂ ਦਾ ਬੱਚਾ ਕੋਲ ਹੈਗਾ? ਬੱਚੇ ਠੀਕ ਨੇ ਉਹਨਾਂ ਕੋਲ, ਆਪਣਾ ਹਿੱਸਾ ਹੈਗਾ। ਵੱਡੇ ਭਰਾ ਨੇ ਦੁਬਾਰਾ ਹਿੱਸਾ ਫਿਰ ਲੈ ਲਿਆ ਜਰਨੈਲ ਸਿੰਘ ਨੇ ਜੀ, ਤੇ ਹੁਣ ਮੇਰਾ ਹਿੱਸਾ ਜਿਹੜਾ ਮੇਰੇ ਭਰਾ ਦੀ ਡੈਥ ਹੋ ਗਈ ਪਿਛਲੇ ਸਾਲ, ਉਹਦੇ ਬੱਚੇ ਦੱਬ ਕੇ ਬੈਠੇ ਹੋਏ ਨੇ। ਔਰ ਇਹ ਜਦੋਂ ਤੁਹਾਡਾ ਭਰਾ ਬਿਮਾਰ ਸੀ ਤੁਸੀਂ ਇੱਕ ਲਿਖਤ ਕੀਤੀ ਸੀ ਉਹਦੇ ਨਾਲ, ਉਹ ਢਿੱਲਾ ਸੀ। ਹਾਂਜੀ। ਤੇ ਤੁਸੀਂ ਉਹਨਾਂ ਨੂੰ 5 ਸਾਲ ਦੇ ਦਿੱਤੇ ਸੀ? 5 ਸਾਲ ਉਹਨਾਂ ਵੀ ਆਹ ਲਿਖਤ ਵਿੱਚ ਤੁਹਾਡੇ ਕੋਲ ਸਰਕਾਰੀ ਲਿਖਤ ਹੈ ਵੀ ਜਿਹਦੇ ਵਿੱਚ ਤੁਸੀਂ 5 ਸਾਲ ਦਿੱਤੇ ਵੀ ਤੂੰ ਬਿਮਾਰ ਹੈ ਵੀਰ ਕੋਈ ਗੱਲ ਨਹੀਂ? ਨਹੀਂ, ਉਹ ਕਹਿੰਦੇ ਸੀ ਉਹਨਾਂ ਨੂੰ ਪਾਵਰ ਟਰੀ ਦੇ ਆ ਸੀ ਤੇ ਉਹਨਾਂ ਨੇ ਤਬਾਦਲਾ ਲਿਖਾ ਕੇ ਭਰਾ ਦੇ ਨਾਲ ਵੱਡੇ ਨਾਲ ਐਵੇਂ ਦਾ ਸ਼ਾਰਟਕਟ ਹੀ ਤੁਸੀਂ ਪਾਵਰ ਟਰਨੀ ਦਿੱਤੀ ਭਰੋਸੇ ਦਾ ਵੀ ਭਰਾ ਆਇਆ ਮੇਰਾ, ਪਰ ਉਹਨਾਂ ਨੇ ਬੇਈਮਾਨਾ ਕੀਤਾ। ਉਹਨਾਂ ਨੇ 18 ਫੁੱਟ ਆਪਣੇ ਨਾਲ ਵਾਲੀ, ਮੇਰੇ 6 ਫੁੱਟ ਛੱਡਤੀ। ਤੁਹਾਡੀ 12 24 ਫੁੱਟ ਸੀ, ਮਤਲਬ 12 12 ਫੁੱਟ ਬਣਦੀ ਸੀ ਤੁਹਾਡੀ, ਉਹਨਾਂ ਨੇ ਮੇਰੇ ਵਾਸਤੇ 6 ਫੁੱਟ ਛੱਡਤੀ। ਫਿਰ ਉਹਨਾਂ ਨੇ ਆ ਮੇਰੇ ਤੋਂ ਲਿਖਵਾ ਲਿਆ 5 ਸਾਲ ਦਾ ਵੀ 5 ਸਾਲ ਜੇ ਸਾਨੂੰ ਅਸੀਂ ਤੈਨੂੰ ਰਜਿਸਟਰੀ ਕਰਕੇ ਦਿੰਦੇ ਹਾਂ ਜੇ 5 ਸਾਲ ਸਾਨੂੰ ਇੱਥੇ ਰਹਿਣ ਦੇਗਾ। ਮਤਲਬ ਇਹ ਲਿਖਤ ਹੈ ਤੇ 5 ਸਾਲ ਬਾਅਦ ਵੀ 21 ਚ 5 ਸਾਲ ਪੂਰੇ ਹੁੰਦੇ ਨੇ ਫਿਰ ਵੀ ਨਹੀਂ ਖਾਲੀ ਕਰਦੇ, ਉਹ ਖਾਲੀ ਨਹੀਂ ਕਰ ਰਹੇ। ਹਾਂਜੀ। ਸੋ ਜਦੋਂ ਤੁਸੀਂ ਪੁਲਿਸ ਦੇ ਕੋਲ ਗਏ ਤਾਂ ਪੁਲਿਸ ਨੇ ਕੀ ਗੱਲਬਾਤ ਕੀਤੀ? ਪੁਲਿਸ ਨੇ ਕਿਹਾ ਸੀ ਕਿ ਜਿਹੜਾ ਪਿੱਛੇ ਬਿਆਨਾ ਹੋਇਆ ਉਹ ਤੇ ਕੈਂਸਲ ਜੀ, ਤੁਸੀਂ ਟਾਈਮ ਨਾਲ ਰਜਿਸਟਰੀ ਨਹੀਂ ਕਰਵਾਈ ਜੀ, ਹੁਣ ਉਹਨਾਂ ਨੂੰ 4 ਵਾਰੀ ਟਾਈਮ ਦਿੱਤਾ ਸੀ, ਹੁਣ ਉਹ ਕਹਿੰਦੇ ਸੀ ਕਿ ਅੱਜ ਦਾ ਮੁੱਲ ਪਾ ਕੇ ਤੇ ਤੁਸੀਂ ਇਹਨੂੰ ਪੈਸੇ ਦੇ ਦਿਓ। ਮੈਂ ਕਿਹਾ ਜੀ ਮੈਂ ਦੁਆਰ ਕਰਨੀ ਹੈ, ਉਹ ਕਹਿੰਦੇ ਪੰਚਾਇਤੀ ਕਹਿਣ ਲੱਗੇ ਵੀ ਤੁਹਾਨੂੰ ਅੱਜ ਦਾ ਮੁੱਲ ਮਿਲਣ ਡਿਆ ਤੁਸੀਂ ਲੈ ਲਓ। ਪਰ ਜਿਹੜਾ ਮੁੱਲ ਵੀ ਪਾਉਂਦੇ ਨੇ ਪਰ ਪੈਸੇ ਨਹੀਂ ਦਿੰਦੇ। ਹਾਂ, ਪਰ ਉਹ ਮੁੱਲ ਐਵੇਂ ਦਾ ਪਿਆ ਸੀ ਜਿਹੜਾ ਸਾਲਸ ਸੀ, ਸਾਲਸ ਉਹਨਾਂ ਦੇ ਨਾਲ ਰਲਿਆ ਹੋਇਆ ਸੀ ਜੀ, ਉਹਨੇ ਮੁੱਲ ਹੀ ਅੱਧਾ ਪਾਇਆ।
ਮਤਲਬ ਜੇ ਕਹਿ ਦਈਏ 1.5 ਕਰੋੜ 70 ਲੱਖ ਰੁਪਏ, 1.5 ਕਰੋੜ ਦੀ ਜਗ੍ਹਾ 75 ਲੱਖ ਪਾਇਆ। ਚਲੋ ਆਪਾਂ ਸੰਗਤ ਜੀ ਗੱਲ ਕਰਾਂਗੇ, ਇੱਥੇ ਗੱਲ ਪੈਸੇ ਦੀ ਜਾਂ ਮਾਇਆ ਦੀ ਨਹੀਂ ਹੈ, ਗੱਲ ਇੱਥੇ ਹੈ ਵੀ ਇੱਕ ਵੀਰ ਸਾਰੀ ਉਮਰ ਲੰਘ ਗਈ ਉਹਨੂੰ, ਅਤੇ ਮੈਂ ਕਹਾਂਗਾ ਵੀ ਤੁਸੀਂ ਤੁਹਾਡਾ ਓਪਰੇਸ਼ਨ ਹੋਇਆ ਜਿਹੜਾ, ਆਹ ਦੇਖੋ ਤੁਸੀਂ ਇਸ ਵੀਰ ਦਾ ਕਿਡਨੀ ਜਿਹੜਾ ਟ੍ਰਾਂਸਪਲਾਂਟ ਜਿਹੜਾ ਇਸ ਵੀਰ ਦਾ ਹੋਇਆ ਪਿਆ ਹੈ, ਅਤੇ ਇਹ ਆਪਣੀ ਮਤਲਬ ਹੁਣ ਵੀ ਬਹਿ ਜਾਓ ਦਵਾਈ ਲੈਣ ਵਾਸਤੇ ਹੁਣ ਫਿਰ ਚੱਲਿਆ, ਰਸ਼ੀਆ ਦੇ ਵਿੱਚ ਰਹਿੰਦਾ, ਦਵਾਈ ਲੈਣ ਵਾਸਤੇ ਚੱਲਿਆ, ਅਤੇ ਇਹ ਭੈਣ ਜਿਹੜੀ ਆ ਸਾਡੀ ਰਸ਼ੀਆ ਤੋਂ, ਮੈਂ ਜਦੋਂ ਇਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਇਹ ਰੋ ਪਿਆ, ਅਤੇ ਇਹ ਭੈਣ ਵੀ ਰੋਣ ਲੱਗ ਗਈ, ਮਤਲਬ ਇਹਦੇ ਅੱਖਾਂ 'ਚੋਂ ਹੰਝੂ ਵੇਖ ਕੇ ਇਹ ਭੈਣ ਵੀ ਰੋਣ ਲੱਗ ਗਈ। ਸੋ ਇਹ ਹਾਲਾਤ ਜਿਹੜੇ ਨੇ, ਦੇਖੋ ਸੱਚਾਈ ਕੀ ਆ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ, ਪਰ ਜਿੰਨਾ ਟਾਈਮ ਵੀ ਮੈਂ ਇਸ ਵੀਰ ਨਾਲ ਬੈਠਾ ਮੈਨੂੰ ਕੋਈ ਚਲਾਕੀ ਜਾਂ ਕੋਈ ਵੜ ਛੜ ਮੈਨੂੰ ਨਜ਼ਰ ਨਹੀਂ ਆਇਆ, ਇਹ ਆਪਣੀ ਜੈਨੂਅਨ ਜਿਹੜੇ ਕਾਗਜ਼ ਪੱਤਰ ਨੇ ਉਹ ਚੱਕੀ ਫਿਰਦਾ, ਅਤੇ ਮੈਂ ਉਮੀਦ ਕਰਦਾ ਪ੍ਰਸ਼ਾਸਨ ਤੋਂ, ਉਮੀਦ ਕਰਦਾ ਜਥੇਬੰਦੀਆਂ ਤੋਂ ਵੀ ਇਸ ਵੀਰ ਦਾ ਮਿਲਦਾ ਹੱਕ ਹਰਿਆਣੇ ਦੇ ਵਿੱਚ ਜਿਹੜਾ ਜ਼ਰੂਰ ਦਿਵਾਉਣਗੇ, ਨਹੀਂ ਤਾਂ ਫਿਰ ਮਜਬੂਰਨ ਜਿਹੜਾ ਹੈ ਉਹ ਅਸੀਂ ਦਖਲਅੰਦਾਜ਼ੀ ਸਾਨੂੰ ਜੇ ਕਰਨੀ ਪਈ ਇਸ ਭਰਾ ਵਾਸਤੇ ਅਸੀਂ ਜ਼ਰੂਰ ਕਰਾਂਗੇ। ਅਸੀਂ ਦੂਜੇ ਪਰਿਵਾਰ ਕੋਲੋਂ ਵੀ ਸਮਾਂ ਵੇਖਾਂਗੇ ਵੀ ਇਸ ਵੀਡੀਓ ਨੂੰ ਕੋਈ ਵੇਖੇਗਾ ਤਾਂ ਜ਼ਰੂਰ ਸਾਨੂੰ ਉਹ ਵੀ ਸਾਨੂੰ ਸਾਡੇ ਤੱਕ ਪਹੁੰਚ ਕਰਨਗੇ, ਉਹ ਵੀ ਆਪਣਾ ਪੱਖ ਸਾਹਮਣੇ ਲੈ ਕੇ ਰੱਖ ਸਕਦੇ ਨੇ, ਅਤੇ ਪਰ ਜਿਹੜੀ ਆ ਰਿਐਲਿਟੀ ਆ ਨਾਲ ਚੱਕੀ ਫਿਰਦਾ, ਅਤੇ ਇਹਦਾ ਜਿਹੜਾ ਇਨਸਾਫ ਜ਼ਰੂਰ ਹੋਣਾ ਚਾਹੀਦਾ। ਇਹਨੇ ਤਾਂ ਇਹ ਵੀ ਗੱਲ ਕਹਿਤੀ ਵੀ ਮੈਂ ਕਿਸੇ ਜਥੇਬੰਦੀ ਨੂੰ ਦੇ ਦਿੰਦਾ, ਅਤੇ ਮੈਂ ਇਹਨੂੰ ਕਿਹਾ ਵੀ ਕਿਉਂ ਦੇਣੀ ਆ ਵੀਰ, ਤੇਰੀ ਜਗ੍ਹਾ ਤੂੰ ਆਪਣੇ ਕੋਲ ਰੱਖ, ਫਿਰ ਨਹੀਂ ਇਹ ਕਿਸੇ ਗੁਰਦੁਆਰੇ ਨੂੰ ਹੀ ਲਿਖ ਦੇਗਾ, ਫਿਰ ਗੁਰਦੁਆਰੇ ਵਾਲੇ ਵੀ ਆਪੇ ਕਬਜ਼ਾ ਲੈ ਲੈਣਗੇ। ਸੋ ਇਹ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਹੱਥ ਜੋੜ ਕੇ, ਅਤੇ ਉਸ ਤੋਂ ਬਾਅਦ ਪੁਲਿਸ ਨੂੰ, ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਵੀਰ ਦਾ ਸਾਥ ਜਿਹੜਾ ਦਿੱਤਾ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।